ਸਬਸਕ੍ਰਾਈਬ ਕਰੋ ਦਿਵਿਆ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ਾ। ਭਾਰਤ ਦੇ ਅੰਦਰ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ ਸੀ। ਗਣਤੰਤਰਤਾ ਦਿਵਸ ਕੱਲ 26 ਜਨਵਰੀ ਨੂੰ ਡੇਰਾ ਬਾਬਾ ਨਾਨਕ ਵਿਖੇ ਵੀ ਮਨਾਇਆ ਜਾ ਰਿਹਾ। ਇਸ ਮੌਕੇ ਮੈਂ ਸਾਰਾ ਡੇਰਾ ਨਿਵਾਸੀਆਂ ਨੂੰ, ਹਲਕਾ ਡੇਰਾ ਬਾਬਾ ਨਾਨਕ ਦੇ ਨਿਵਾਸੀਆਂ ਨੂੰ, ਸਾਰਿਆਂ ਨੂੰ ਇਸ ਗਣਤੰਤਰਤਾ ਦਿਵਸ ਦੇ ਮੌਕੇ 'ਤੇ ਵਧਾਈ ਦਿੰਦਾ ਔਰ ਬੇਨਤੀ ਕਰਦਾ ਕਿ ਵੱਧ ਤੋਂ ਵੱਧ ਕੱਲ੍ਹ ਗਣਤੰਤਰਤਾ ਦਿਵਸ ਦੇ ਮੌਕੇ 'ਤੇ ਜੋ ਕਿ ਦਾਣਾ ਮੰਡੀ ਆਪਣੇ ਡੇਰਾ ਬਾਬਾ ਨਾਨਕ ਵਿਖੇ ਮਨਾਇਆ ਜਾ ਰਿਹਾ, ਉੱਥੇ ਹੋਮ ਹੁੰਮਾ ਕੇ ਪਹੁੰਚਣ ਔਰ ਇਸ ਦਿਨ ਇਸ ਕੌਮੀ ਦਿਵਸ 'ਤੇ ਗਣਤੰਤਰਤਾ ਦਿਵਸ ਦੇ ਮੌਕੇ 'ਤੇ ਜਿਹੜਾ ਉਹ ਆਪਣੇ ਸਾਰੇ ਜਿਹੜੇ ਲੋਕ ਆ ਉਹ ਸ਼ਾਮਿਲ ਹੋਣ। ਮੈਂ ਫਿਰ ਇੱਕ ਵਾਰੀ ਸਾਰੇ ਇਲਾਕਾ ਨਿਵਾਸੀਆਂ ਨੂੰ ਇਸ ਮੌਕੇ 'ਤੇ ਵਧਾਈ ਦਿੰਦਾ ਹਾਂ।